ਫਰੈਸ਼ ਹੈਗਾ, ਕਿੱਦਾਂ ਦੇਖ ਰਹੇ ਹੋ ਇਸ ਸੈਸ਼ਨ ਨੂੰ, ਕਿੱਦਾਂ ਦੇਖ ਰਹੇ ਹੋ 15 ਦਿਨ ਦਾ ਸੈਸ਼ਨ ਐਤਕੀ ਬੁਲਾਇਆ? ਦੇਖੋ ਬਾਕੀ ਤਾਂ ਅੰਦਰ ਜਾ ਕੇ ਦੇਖਾਂਗੇ, ਪਰ ਜੋ ਸਰਕਾਰ ਦੇ ਹਾਲਾਤ ਹੈ, ਸਪੈਸ਼ਲੀ ਕਿਸਾਨ ਜਿਹੜਾ ਐਜੀਟੇਸ਼ਨ ਹੈ, 7 ਦਿਨ ਬਾਅਦ FIR ਕੀਤੀ ਔਰ ਉਹ ਵੀ ਅਣਪਛਾਤਿਆਂ ਤੇ, ਔਰ ਉਹਦਾ ਕੋਈ ਮੂੰਹ ਸਿਰ ਮੈਨੂੰ ਤਾਂ ਕਿਤੇ ਲੱਗਿਆ ਨਹੀਂ। ਮੈਂ ਤਾਂ ਮਾੜਾ ਮੋਟਾ ਚਲੋ ਪੁਲਿਸ ਦੇ ਵਿੱਚ ਵੀ ਕੰਮ ਕੀਤਾ, ਮੈਂ ਪੜ੍ਹ ਕੇ ਵੀ ਦੇਖਿਆ, ਮੈਨੂੰ ਲੱਗਦਾ ਵੀ ਸਰਕਾਰ ਬਿਲਕੁਲ ਹੀ ਸਰੈਂਡਰ ਕਰ ਗਈ। ਔਰ ਅਸਲੀ ਗੱਲ ਹੈ, ਕਿਤੇ ਨਾ ਕਿਤੇ ਤਾਂ ਬੀਜੇਪੀ ਦਾ ਪੱਖ ਪੂਰਦੀ ਹੋਈ, ਹਰਿਆਣੇ ਦਾ ਪੱਖ ਪੂਰਦੀ ਹੋਈ, ਲੇਕਿਨ ਕਿਸਾਨਾਂ ਨਾਲ ਕਿਤੇ ਖੜੀ ਦਿਖਦੀ ਨਹੀਂ। ਔਰ ਉਹਦੇ 'ਤੇ ਅਸੀਂ ਬਿਲਕੁਲ ਨੋਟਿਸ ਵੀ ਲਵਾਂਗੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਔਨ ਦਾ ਫਲੋਰ ਆਫ ਦਾ ਹਾਊਸ, ਕਿਉਂਕਿ ਅਸਲੀ ਗੱਲ ਹੈ ਇਹ ਡਰਾਮੇਬਾਜ਼ਾਂ ਦੀ ਸਰਕਾਰ ਹੈ, ਫਲੋਰ ਦੇ ਉੱਤੇ ਕਹਿ ਕੇ ਵੀ ਜਿਹੜਾ ਕੁਛ ਕਰਦੇ ਨਹੀਂ ਹੈ ਬਿਲਕੁਲ। ਮੈਨੂੰ ਲੱਗਦਾ ਕਿ ਹਰ 15 ਦਿਨਾਂ ਬਾਅਦ ਇਹ ਯੂ ਟਰਨ ਮਾਰਦੇ ਆ, ਹਰ 10 ਦਿਨਾਂ ਬਾਅਦ ਯੂ ਟਰਨ ਮਾਰਦੇ ਆ। ਸੋ ਇਸ ਕਰਕੇ ਅੱਜ ਬੇਸਿਕਲੀ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਉੱਥੇ ਘੇਰ ਪ੍ਰਗਟ ਸਾਹਿਬ, ਸਰਕਾਰ ਕਹਿੰਦੀ ਹੈ ਕਿ ਅਸੀਂ ਵਿੱਚ ਜਿਹੜਾ ਵਕੀਲ ਕਿਸਾਨਾਂ ਦੇ ਬਣ ਕੇ ਕੇਂਦਰ ਨਾਲ ਬੈਠਕਾਂ ਕਰਾਈਆਂ ਨੇ, 5-6 ਗੇੜ ਦੀਆਂ ਬੈਠਕਾਂ। ਵਕੀਲ ਦਾ ਤੇ ਦਲਾਲ ਦਾ ਫਰਕ ਹੁੰਦਾ, ਇੱਕ ਦਲਾਲੀ ਕਰਨੀ ਹੁੰਦੀ, ਇੱਕ ਵਕਾਲਤ ਕਰਨੀ ਹੁੰਦੀ ਆ। ਸੋ ਇਸ ਕਰਕੇ ਮੇਰਾ ਖਿਆਲ ਇਦੋਂ ਵੱਧ ਹੁਣ ਮੈਂ ਕੁਛ ਨਾ ਹੀ ਕਹਾਂ ਤਾਂ ਚੰਗਾ। ਬਾਰਡਰਾਂ ਤੇ ਇਦਾਂ ਦੇ ਹਾਲਾਤ ਕਿਉਂ ਬਣੇ ਦੇਖਦੇ ਹੋ, ਜਿਸ ਤਰ੍ਹਾਂ ਹਰਿਆਣਾ ਨੇ ਜਿਸ ਤਰ੍ਹਾਂ? ਦੇਖੋ ਬੀਜੇਪੀ ਦਾ ਬੜਾ ਕਲੀਅਰ ਏਜੰਡਾ ਹੈਗਾ ਪੋਲਰਾਈਜ਼ ਕਰਨ ਦਾ, ਔਰ ਇਹ ਦੋਨੇ ਹੀ ਸਰਕਾਰਾਂ ਨੇ, ਪੰਜਾਬ ਦੀ ਸਰਕਾਰ ਨੇ, ਹਰਿਆਣੇ ਦੀ ਸਰਕਾਰ ਨੇ, ਬੀਜੇਪੀ ਦੇ ਸਰਕਾਰ ਨੇ, ਇਹ ਇਹਨਾਂ ਦੇ ਸਾਂਝੇ ਆਪਰੇਸ਼ਨ ਹੈ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਪੰਜਾਬੀਆਂ ਨੂੰ ਬੇਸਿਕਲੀ ਮਿਨੀਮਾਈਜ਼ ਕਰਨ ਲਈ, ਔਰ ਪਾਰਟੀਕੁਲਰਲੀ ਸਿੱਖਾਂ ਨੂੰ ਉੱਦਾਂ ਟਾਰਗੇਟ ਕਰਨ ਲਈ ਵੀ ਹਾਂ ਵੀ ਅਸੀਂ ਪੋਲਰਾਈਜ਼ ਕਰ ਲਈਏ, ਇਹ ਦੇਸ਼ ਨੂੰ ਪੋਲਰਾਈਜ਼ ਕਰਨ 'ਤੇ ਲੱਗੇ ਆ। ਨਹੀਂ ਤਾਂ ਹਰਿਆਣੇ ਦੇ ਵਿੱਚ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰਨੇ, ਮੈਨੂੰ ਨਹੀਂ ਲੱਗਦਾ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਵੀ ਇਦਾਂ ਦੀ ਡੈਮੋਕ੍ਰੇਸੀ ਚੱਲਦੀ ਹੋਵੇ, ਇਹ ਡਿਕਟੇਟਰਸ਼ਿਪ ਦੇ ਨਾਂ ਤੇ ਡੈਮੋਕ੍ਰੇਸੀ ਹੈ। ਪਰ ਕਿਸੇ ਜੀ ਨਿਬੜੇਗਾ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ, ਕਿਸਾਨਾਂ ਦੇ ਮਸਲੇ ਦਾ ਹੋਏਗਾ ਕੀ? ਦੇਖੋ ਅਲਟੀਮੇਟਲੀ ਤਾਂ ਕਿਤੇ ਗੁੱਡ ਸੈਂਸ ਪ੍ਰਵੇਲ ਕਰਨੀ ਚਾਹੀਦੀ ਆ। ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਵੀ ਨਾ ਨੁਕਸਾਨ ਕਰੋ। ਇਸ ਦੇਸ਼ ਦੇ ਵਿੱਚ ਅਪਰੋਕਸੀਮੇਟਲੀ 140 ਤੋਂ 145 ਕਰੋੜ ਦਾ ਇਹ ਦੇਸ਼ ਹੈ। ਜੋਬਸ ਦੀ ਗੱਲ ਹੈ, ਅਨਇੰਪਲੋਇਮੈਂਟ ਦੀ ਗੱਲ ਹੈ, ਭੁੱਖਮਰੀ ਦੀ ਗੱਲ ਹੈ, ਸਾਡੀ ਇੰਡਸਟਰੀ ਦੀ ਗੱਲ ਹੈ, ਕਿਉਂਕਿ ਅਸੀਂ ਉਹਨਾਂ ਨੂੰ ਫੀਡ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਪੋਲਰਾਈਜ਼ ਕਰਨ ਤੇ ਲੱਗੇ ਹੋਏ ਆ ਵੀ ਤਾਂ ਕਿ ਇਹ ਸਾਡੇ ਕੋਲ ਇਦਾਂ ਦੀ ਗੱਲ ਹੀ ਨਾ ਕਰਨ, ਇਦਾਂ ਦਾ ਮੁੱਦਾ ਹੀ ਨਾ ਲੈ ਕੇ ਆਉਣ। ਧੰਨਵਾਦ, ਠੀਕ ਹੈ ਜੀ।